ਇਲੈਕਸ਼ਨ ਦੇ ਦੌਰਾਨ ਜਿਹੜੀ ਬਿਊਰੋਕਰੇਸੀ ਹੈ ਉਹਨੇ ਕਿਤੇ ਨਾ ਕਿਤੇ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ ਜਾਂ ਕੀਤਾ ਵੀ ਹੈ? ਬਿਊਰੋਕਰੇਸੀ ਨੇ ਅਫਸਰਸ਼ਾਹੀ ਨੇ ਮਰਵਾਇਆ। ਫਿਰ ਇਹ ਤਾਂ ਸਿੱਧੇ ਹੀ ਮੰਨਣਾ ਹੋ ਗਿਆ ਕੰਗ ਸਾਹਿਬ ਕਿ ਤੁਸੀਂ ਅਫਸਰਸ਼ਾਹੀ ਦੀ ਮਦਦ ਭਾਲਦੇ ਸੀ। ਫਿਰ ਚੋਣ ਕਮਿਸ਼ਨ ਨੂੰ ਮੈਂ ਕਹਿੰਦਾ ਨੋਟਿਸ ਲਓ ਅਤੇ ਕਿਤੇ ਨਾ ਕਿਤੇ ਅਫਸਰ ਸਿਆਣੇ ਨੇ ਵੀ ਤੁਹਾਡੇ ਵਰਗੇ ਨਿਕੰਮੇ ਬੰਦਿਆਂ ਨੇ ਆਖੇ ਲਾ ਕੇ ਪੰਜਾਬ ਦਾ ਬੇੜਾ ਗਰਕ ਕਰਾਉਣਾ। ਕਿਤੇ ਨਾ ਕਿਤੇ ਗੈਪ ਹੈ ਲੋਕਾਂ ਦਾ ਔਰ ਸਾਡੇ ਜਿਹੜੇ ਐਮ ਐਲ ਏ ਸਾਹਿਬਾਨ ਹੈ ਸਾਰਿਆਂ ਦਾ ਨੀ, ਜਿੱਥੇ ਜਿੱਥੇ ਵੀ ਅਸੀਂ ਬਹੁਤ ਬੁਰੀ ਤਰ੍ਹਾਂ ਲੂਜ਼ ਕੀਤਾ ਆ। ਇੱਕ ਤਾਂ ਉੱਥੇ ਗੈਪ ਹੈ, ਦੂਜਾ ਜਿਹੜਾ ਐਡਮਿਨਿਸਟ੍ਰੇਸ਼ਨ ਹੈ, ਐਡਮਿਨਿਸਟ੍ਰੇਸ਼ਨ ਨੇ ਵੀ ਸਾਨੂੰ ਕੋਆਪਰੇਟ ਨਹੀਂ ਕੀਤਾ, ਮਤਲਬ ਈਵਨ ਉਹਨਾਂ ਨੇ ਸਾਡਾ ਨੁਕਸਾਨ ਕੀਤਾ ਮੋਸਟਲੀ। ਫੋਰ ਐਗਜ਼ਾਮਪਲ, ਸਾਡੇ ਚਮਕੌਰ ਸਾਹਿਬ 'ਚ ਕੋਈ ਇਸ਼ੂ ਸੀਗਾ, ਲੋਕ ਕਈ ਸਾਲਾਂ ਤੋਂ ਜ਼ਮੀਨ 'ਤੇ ਰਹਿ ਰਹੇ ਦਰਿਆ ਦੇ ਕਿਨਾਰੇ, ਉੱਥੇ ਇਲੈਕਸ਼ਨ ਦੇ ਦੌਰਾਨ ਉਹਨਾਂ ਨੂੰ ਨੋਟਿਸ ਕੱਢਣੇ, ਉਹ ਸਿੱਧਾ 8-10 ਹਜ਼ਾਰ ਵੋਟ 'ਤੇ ਫਰਕ ਪੈ ਗਿਆ। ਇਸ ਤਰ੍ਹਾਂ ਦੇ ਕਈ ਇੰਸਟਾਂਸ ਹੋਏ ਆ ਜਿੱਥੇ ਸਾਨੂੰ ਇਲੈਕਸ਼ਨ ਦੇ ਦੌਰਾਨ ਜਿਹੜੀ ਬਿਊਰੋਕਰੇਸੀ ਹੈ ਉਹਨੇ ਕਿਤੇ ਨਾ ਕਿਤੇ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ ਜਾਂ ਕੀਤਾ ਵੀ ਹੈ। ਵੋਟਾਂ ਇਹ ਕੰਮ ਦੇ ਆਧਾਰ 'ਤੇ ਨਹੀਂ ਮੰਗਦੇ ਸੀ, ਇਹਨਾਂ ਨੂੰ ਪਤਾ ਕੰਮ ਕੀਤਾ ਕੋਈ ਨਹੀਂ, ਕਾਰਗੁਜ਼ਾਰੀ ਜ਼ੀਰੋ, ਹਰ ਵਰਗ ਚਾਹੇ ਮੁਲਾਜ਼ਮ ਹੈ, ਨੌਜਵਾਨ ਹੈ, ਦੁਕਾਨਦਾਰ ਹੈ, ਵਪਾਰੀ ਹੈ, ਹਰ ਵਰਗ ਦੁਖੀ, ਕਿਸਾਨ ਹੈ, ਹਰ ਵਰਗ ਦੁਖੀ। ਕਹਿੰਦੇ ਜੇ ਕੰਮ ਕੀਤੇ ਹੁੰਦੇ ਤਾਂ ਲੋਕਾਂ ਨੇ ਵੋਟਾਂ ਪਾਉਣੀਆਂ ਸੀ, ਮਗਰ ਸਰਕਾਰ ਆਪਣੀ ਕਾਰਗੁਜ਼ਾਰੀ 'ਤੇ ਵੋਟ ਨਹੀਂ ਮੰਗ ਰਹੀ। ਕਹਿੰਦਾ ਜੀ ਸਾਨੂੰ ਬਿਊਰੋਕਰੇਸੀ ਨੇ ਅਫਸਰਸ਼ਾਹੀ ਨੇ ਮਰਵਾਇਆ। ਫਿਰ ਇਹ ਤਾਂ ਸਿੱਧੇ ਹੀ ਮੰਨਣਾ ਹੋ ਗਿਆ ਕੰਗ ਸਾਹਿਬ ਕਿ ਤੁਸੀਂ ਅਫਸਰਸ਼ਾਹੀ ਦੀ ਮਦਦ ਭਾਲਦੇ ਸੀ। ਫਿਰ ਚੋਣ ਕਮਿਸ਼ਨ ਨੂੰ ਮੈਂ ਕਹਿੰਦਾ ਨੋਟਿਸ ਲਓ, ਆ ਬਾਈ ਇਲੈਕਸ਼ਨ ਆਈ ਹੈ, ਇਹ ਅਫਸਰਸ਼ਾਹੀ 'ਤੇ ਫਿਰ ਪ੍ਰੈਸ਼ਰ ਕ੍ਰੀਏਟ ਕਰਨ ਦੀ ਕੋਸ਼ਿਸ਼ ਨਹੀਂ ਕਰ ਰਹੇ ਕਿ ਇਹਨਾਂ ਨੇ ਹਰ ਤਰੀਕੇ ਦਾ ਹੱਥਕੰਡਾ ਅਪਣਾਉਣਾ, ਅਫਸਰਾਂ ਤੋਂ ਪ੍ਰੈਸ਼ਰ ਕਰਕੇ ਇਹ ਇਲੈਕਸ਼ਨ ਜਿੱਤਣਾ ਚਾਹੁੰਦੇ ਸੀ। ਕਹਿੰਦੇ ਹਾਰ ਦਾ ਕਾਰਨ ਅਫਸਰ ਬਣੇ ਤੇ ਕੀ, ਹੁਣ ਜਿੱਤ ਦਾ ਕਾਰਨ ਭਗਵੰਤ ਮਾਨ ਨਹੀਂ, ਉਹਦੀ ਪਾਲਿਸੀ ਨਹੀਂ, ਮਗਰ ਅਫਸਰ ਬਣਨ ਤੁਹਾਡੀ ਜਿੱਤ ਦਾ ਕਾਰਨ ਬਾਈ ਇਲੈਕਸ਼ਨ 'ਚ ਜੇ ਜਿੱਤ ਹੁੰਦੀ ਹੈ। ਮਗਰ ਅੱਜ ਇਲੈਕਸ਼ਨ ਕਮਿਸ਼ਨ ਸ਼ੁਡ ਟੇਕ ਸੀਰੀਅਸ ਨੋਟਿਸ ਕਿ ਅਫਸਰਸ਼ਾਹੀ ਸਰਕਾਰ ਉਹਨਾਂ ਦੇ ਦਖਲ ਦੇ ਨਾਲ ਲੋਕਾਂ ਤੇ ਪ੍ਰੈਸ਼ਰ ਬਣਾ ਕੇ ਲੋਕਾਂ ਨੂੰ ਤੰਗ ਪਰੇਸ਼ਾਨ ਕਰਕੇ ਇਹ ਇਲੈਕਸ਼ਨ ਜਿੱਤਣਾ ਚਾਹੁੰਦੇ। ਔਰ ਕਮਾਲ ਦੀ ਗੱਲ ਹੈ, 2.5 ਸਾਲ ਦੀ ਤੁਹਾਡੀ ਸਰਕਾਰ ਹੈ, ਅਫਸਰ ਜੇ ਤੁਹਾਡੇ ਆਖੇ ਨਹੀਂ ਲੱਗਦੇ ਤੇ ਕਿਤੇ ਨਾ ਕਿਤੇ ਅਫਸਰ ਸਿਆਣੇ ਨੇ ਵੀ ਤੁਹਾਡੇ ਵਰਗੇ ਨਿਕੰਮੇ ਬੰਦਿਆਂ ਨੇ ਆਖੇ ਲੱਗ ਕੇ ਪੰਜਾਬ ਦਾ ਬੇੜਾ ਗਰਕ ਕਰਾਉਣਾ। ਇਸ ਲਈ ਗੱਲ ਕਰਨ ਤੋਂ ਪਹਿਲਾਂ ਅਕਾਲ ਸਾਹਿਬ ਐਮ ਪੀ ਬਣ ਗਏ ਹੋ, ਤੁਹਾਨੂੰ ਵਧਾਈ ਹੋਵੇ, ਮਗਰ ਕਿਤੇ ਨਾ ਕਿਤੇ ਸੋਚ ਸਮਝ ਕੇ ਗੱਲ ਕਰੋ। ਸਾਰੇ ਮਾਈਨਿੰਗ ਡਿਪਾਰਟਮੈਂਟ ਉੱਥੇ ਤੁਹਾਡੀ ਮਦਦ 'ਤੇ ਸੀ, ਜਿਨ੍ਹਾਂ ਦੇ ਪਰਚੇ ਦਰ ਸੀ ਸਾਰੀ ਤੁਹਾਡੀ ਮਦਦ 'ਤੇ ਸੀ, ਔਰ ਫਿਰ ਤੁਸੀਂ ਗੱਲ ਕਰੋ ਅੱਜ ਮਾਈਨਿੰਗ, ਤੁਸੀਂ ਗੱਲ ਕਰੋ ਪਲਟੂ ਰਾਮਾ ਦੀ, ਤੁਸੀਂ ਗੱਲ ਕਰੋ ਕਿ ਤੁਹਾਨੂੰ ਅਫਸਰ ਮਦਦ ਨਹੀਂ ਕਰਦੇ ਜਾਂ ਅਫਸਰਸ਼ਾਹੀ ਨੇ ਤੁਹਾਨੂੰ ਇਲੈਕਸ਼ਨ ਜਿਤਾਉਣੀ, ਮਤਲਬ ਤੁਹਾਡੀ ਕਾਰਗੁਜ਼ਾਰੀ ਮਿਲ। ਇਸ ਲਈ ਮੈਂ ਇਲੈਕਸ਼ਨ ਕਮਿਸ਼ਨ ਨੂੰ ਵੀ ਚਾਹੂੰਗਾ ਕਿ ਜਿੰਨੇ ਅਫਸਰ ਜਲੰਧਰ ਬਾਈ ਇਲੈਕਸ਼ਨ 'ਚ ਲੱਗੇ ਉਹਨਾਂ ਨੂੰ ਇਮੀਡੀਏਟਲੀ ਇਹ ਬਦਲੀ ਕੀਤੀ ਜਾਵੇ, ਇਲੈਕਸ਼ਨ ਕਮਿਸ਼ਨ ਆਪਦੀ ਮਰਜ਼ੀ ਨਾਲ ਅਫਸਰ ਲਾਉਣ, ਸੋ ਦੈਟ ਫਰੀ ਐਂਡ ਫੇਅਰ ਇਲੈਕਸ਼ਨ ਉੱਥੇ ਹੋ ਸਕੇ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।